ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਦਿੱਲੀ ਤੋਂ ਇੱਕ ਬੜਾ ਹੀ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਅੰਮ੍ਰਿਤਧਾਰੀ ਆਟੋ ਡਰਾਈਵਰ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਤਸਵੀਰ ਆਪਣੇ ਆਟੋ ਦੇ ਪਿੱਛੇ ਲਗਾਈ ਹੋਈ ਸੀ ਤੇ ਉਸ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਸਿਰਫ ਇਸ ਕਰਕੇ ਕਿਉਂਕਿ ਉਸਨੇ ਸੰਤਾਂ ਦੀ ਤਸਵੀਰ ਆਪਣੇ ਆਟੋ ਦੇ ਪਿੱਛੇ ਲਗਾਈ ਹੋਈ ਸੀ। ਸਿੰਘ ਮੌਕੇ ਤੇ ਪਹੁੰਚੇ ਅਤੇ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਜਾਇਜ਼ਾ ਜਦੋਂ ਲਿਆ ਤਾਂ ਉਹਨਾਂ ਨੇ ਮੋਦੀ ਸਰਕਾਰ, ਖਾਕੀ ਅਤੇ ਹਿੰਦੂ ਰਾਸ਼ਟਰ ਉੱਤੇ ਕਈ ਸਵਾਲ ਚੁੱਕੇ। ਫੋਟੋ ਲਗਾਉਂਦੇ ਨੇ ਉਹ ਡਰ ਕੇ ਮਾਰੇ ਫੋਟੋ ਉਤਾਰ ਦੇਣ। ਮੈਨੂੰ ਇਹ ਦੱਸਿਆ ਜਾਏ ਨਾ ਕਿ ਉਹ ਨਾਲ ਹੀ ਗੱਡੀ ਖੜੀ ਹੈ, ਉਸ ਤੇ ਵੀ ਤਾਂ ਫੋਟੋ ਲੱਗੀ ਹੈਗੀ, ਉਸ ਤੇ ਵੀ ਤੀਰ ਕਮਾਨ ਦੀ ਫੋਟੋ ਲੱਗੀ ਹੈਗੀ, ਉਸ ਨੂੰ ਕਿਉਂ ਨੀ ਅਰੈਸਟ ਕੀਤਾ ਜਾ ਰਿਹਾ? ਸਾਡੇ ਨਾਲ ਲੱਕੀ ਜੀ ਤੇ ਹਰਵਿੰਦਰ ਵੀਰ ਜੀ ਵੀ ਆਏ ਪਏ ਨੇ, ਉਹਨਾਂ ਨਾਲ ਹੀ ਪੁੱਛਾਂਗਾ ਕੀ ਹੈ ਇਸ ਬਾਰੇ ਕੀ ਕਹੋਗੇ। ਜਿਸ ਤਰ੍ਹਾਂ ਕਿ ਸਾਨੂੰ 11 ਵਜੇ 11:30 ਸਰੋਜਨੀ ਨਗਰ ਤੋਂ ਫੋਨ ਆਉਂਦਾ ਵੀ ਗੁਰਸਿੱਖ ਵੀਰ ਦੀ ਆਟੋ ਪਕੜਿਆ ਗਿਆ, ਉਹਦਾ ਕਾਰਨ ਇਹ ਵੇ ਉਹਦੇ ਪਿੱਛੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਦੀ ਤਸਵੀਰ ਲਗਾਈ ਗਈ ਹੈ। ਸਾਨੂੰ ਸੁਣ ਕੇ ਬੜੀ ਹੈਰਾਨਗੀ ਹੋਈ, ਅੱਜ ਫਿਰ ਸਿੱਖੀ ਸਿਧਾਂਤਾਂ ਦੇ ਖਿਲਾਫ਼ ਬਹੁਤ ਵੱਡਾ ਹਮਲਾ ਕੀਤਾ ਗਿਆ। ਇਹ ਸਰਕਾਰ, ਇਹ ਮੋਦੀ ਸਰਕਾਰ ਅਤੇ ਇਹ ਖਾਕੀ ਵਰਦੀ ਬਿਲਕੁਲ ਸਿੱਖਾਂ ਨੂੰ ਨਹੀਂ ਜੀਣ ਦੇ ਰਹੀ, ਕਿਉਂਕਿ ਕਹਿੰਦੇ ਨੇ ਬੰਦੂਕ ਤੋਂ ਦੁਨੀਆਂ ਡਰਦੀ ਹੈ, ਸ਼ਮਸ਼ੀਰ ਤੋਂ ਦੁਨੀਆਂ ਡਰਦੀ ਹੈ, ਸ਼ੇਰ ਦੀ ਦਹਾੜ ਤੋਂ ਦੁਨੀਆਂ ਡਰਦੀ ਹੈ, ਸੱਪ ਦੀ ਲਕੀਰ ਤੋਂ ਦੁਨੀਆਂ ਡਰਦੀ ਹੈ, ਕਹਿੰਦੇ ਨੇ ਘਿਓ ਮੱਖਣ ਖਾਓ ਤਕੜੇ ਸਰੀਰ ਤੋਂ ਦੁਨੀਆਂ ਡਰਦੀ ਹੈ। ਕਿੰਨਾ ਵੱਡਾ ਹੋਏਗਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ, ਜਿਹਦੀ ਤਸਵੀਰ ਤੋਂ ਅੱਜ ਵੀ ਦੁਨੀਆਂ ਡਰਦੀ ਹੈ। ਮੇਰੀ ਆਈਓ ਨਾਲ ਵੀ ਗੱਲ ਹੋਈ ਹੈ, ਆਈਓ ਕੋਲ ਕੋਈ ਜਵਾਬ ਨਹੀਂ ਹੈਗਾ। ਮੇਰੀ SHO ਨਾਲ ਵੀ ਗੱਲ ਹੋਈ ਹੈ, ADSHO ਨਾਲ ਵੀ ਗੱਲ ਹੋਈ ਹੈ, ਉਹ ਕਹਿੰਦੇ ਨੇ ਕੰਪਲੇਂਟ ਪੇ ਪਕੜਾ, ਕੰਪਲੇਂਟ ਪੇ ਪਕੜਾ, ਬਸ ਉਹਨਾਂ ਕੋਲ ਇਹੀ ਜਵਾਬ ਹੈ, ਕੰਪਲੇਂਟ ਪੇ ਪਕੜਾ, ਇਨਵੈਸਟੀਗੇਸ਼ਨ ਹੋ ਗਈ। ਕਿਆ ਇਨਵੈਸਟੀਗੇਸ਼ਨ ਹੋ ਗਈ, ਇਸਕਾ ਕੋਈ ਇਹ ਜਵਾਬ ਨਹੀਂ ਦੇ ਰਹੇ। ਪੂਰਾ ਸਿੱਖ ਪੰਥ ਇੱਥੇ ਇਕੱਠਾ ਹੋਇਆ ਪਿਆ, ਅਸੀਂ ਸਾਰਿਆਂ ਨੂੰ ਬੇਨਤੀ ਕਰਨੇ ਆ, ਗੱਜ ਵੱਜ ਕੇ ਤੁਸੀਂ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦੀ ਤਸਵੀਰਾਂ ਲਗਾਓ ਆਪਣੀ ਗੱਡੀਆਂ 'ਤੇ, ਆਪਣੇ ਘਰਾਂ 'ਚ, ਆਪਣੇ ਦਫ਼ਤਰਾਂ 'ਚ, ਕਿਉਂਕਿ ਅਕਾਲ ਤਖਤ ਸਾਹਿਬ ਤੋਂ ਹੁਕਮ ਹੈਗਾ ਸਿੱਖ ਕੌਮ ਨੂੰ ਵੀ ਇਹਨੂੰ ਸ਼ਹੀਦੀ ਦਾ ਦਰਜਾ ਦਿੱਤਾ ਗਿਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲਿਆਂ ਨੂੰ, ਅਤੇ ਇਹਨਾਂ ਦੀ ਤਸਵੀਰ 'ਤੇ ਸਾਡੇ ਨਤਮਸਤਕ ਹੈਗੀ ਹੈ। ਸਾਨੂੰ ਕੋਈ ਨਹੀਂ ਰੋਕ ਸਕਦਾ, ਦੁਨੀਆਂ ਦੀ ਕੋਈ ਤਾਕਤ, ਕੋਈ ਸਰਹੱਦ ਨਹੀਂ ਰੋਕ ਸਕਦੀ ਪਿੰਡਰਾਂਵਾਲਿਆਂ ਦੀ ਤਸਵੀਰ ਲਗਾਉਣ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਮਿੰਦਰ ਵੀਰ ਜੀ, ਆਪ ਜੀ ਦਾ ਕੀ ਵਿਚਾਰ ਨੇ ਇਸ ਬਾਰੇ? ਅੱਜ ਵੀਰ ਜਿਹੜਾ ਜਿਹਨੂੰ ਇੱਥੇ ਫੜ ਕੇ ਬਿਠਾਇਆ ਹੋਇਆ ਗਲਤ ਤਰੀਕੇ ਨਾਲ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੀਰ ਚਰਨਜੀਤ ਸਿੰਘ, ਇਹਨਾਂ ਦਾ ਫੋਨ ਆਇਆ ਕਿ ਇੱਦਾਂ ਇੱਦਾਂ ਕਰਕੇ ਜਿਹੜਾ ਸਾਨੂੰ ਥਾਣੇ 'ਚ ਬਿਠਾਇਆ ਗਿਆ ਸੰਤਾਂ ਦੀ ਫੋਟੋ ਲਾਉਣ ਕਰਕੇ, ਅਤੇ ਉਸੇ ਟਾਈਮ ਅਸੀਂ ਸਾਰਿਆਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਵੀ ਇਹ, ਮੈਂ ਉਹਨਾਂ ਨੂੰ ਵੀ ਦੱਸਿਆ ਕਿ ਇਹ ਕੋਈ ਗੈਰ ਕਾਨੂੰਨੀ ਗੱਲ ਨਹੀਂ ਹੈਗੀ, ਭਾਰਤ ਦੇ ਵਿੱਚ ਕੋਈ ਵੀ ਇਹੋ ਜਿਹਾ ਥਾਣਾ ਜਾਂ ਕੋਈ ਇਹੋ ਜਿਹੀ ਕੋਰਟ ਨਹੀਂ ਹੈਗੀ ਜਿੱਥੇ ਸੰਤਾਂ ਦੇ ਉੱਤੇ ਕੋਈ ਕੇਸ ਪਿਆ ਹੋਇਆ, ਕੋਈ FIR ਪਈ ਹੋਵੇ, ਔਰ ਇਹ ਬਹੁਤ ਹੀ ਇੱਕ ਝੂਠਾ ਸਰਕਾਰ ਦਾ ਜਿਹੜਾ ਪ੍ਰੋਪਗੈਂਡਾ ਹੈਗਾ ਸੰਤਾਂ ਦੇ ਖਿਲਾਫ, ਜਿਹੜਾ ਕਿ ਸੰਤਾਂ ਨੂੰ ਇੱਕ ਆਤੰਕਵਾਦੀ ਕਹਿ ਕੇ ਜਿਹੜਾ ਪ੍ਰਚਾਰਿਆ ਜਾਂਦਾ ਹੈ ਸਿਰਫ ਝੂਠੀ ਅਖਬਾਰਾਂ ਰਾਹੀਂ ਅਤੇ ਝੂਠੇ ਮੀਡੀਆ ਰਾਹੀਂ, ਲੇਕਿਨ ਜਿਹੜਾ ਭਾਰਤ ਦਾ ਕਾਨੂੰਨ ਹੈ, ਭਾਰਤ ਦਾ ਕਾਨੂੰਨ ਜਿਹੜਾ ਹੈਗਾ ਉਹ ਸੰਤਾਂ ਨੂੰ ਨਾ ਤਾਂ ਕੋਈ ਟੈਰਰਿਸਟ ਮੰਨਦਾ ਹੈਗਾ ਔਰ ਨਾ ਹੀ ਕਿਸੇ ਵੀ ਤਰੀਕੇ ਦਾ ਕੋਈ ਕ੍ਰਿਮੀਨਲ ਮੰਨਦਾ ਹੈਗਾ। ਹੁਣ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈਗੀ ਕਿ ਭਾਰਤ ਦੇ ਵਿੱਚ ਭਾਰਤ ਦਾ ਸੰਵਿਧਾਨ ਹੀ ਫੋਲੋ ਨਹੀਂ ਹੋ ਰਿਹਾ, ਭਾਰਤ ਦੇ ਵਿੱਚ ਭਾਰਤ ਦਾ ਕਾਨੂੰਨ ਹੀ ਫੋਲੋ ਨਹੀਂ ਹੋ ਰਿਹਾ, ਜਿਹਦਾ ਸਭ ਤੋਂ ਵੱਡਾ ਉਦਾਹਰਣ ਇਹ ਹੈਗਾ ਕਿ ਸੰਤ ਜੀ ਦੀ ਸਿਰਫ ਫੋਟੋ ਲਾਉਣ ਕਰਕੇ ਇੱਕ ਸਾਡੇ ਗੁਰਸਿੱਖ ਭਰਾ ਨੂੰ ਇਸ ਟਾਈਮ ਰਾਤ ਨੂੰ ਅਰੈਸਟ ਕਰਕੇ ਰੱਖਿਆ, ਡਿਟੇਨ ਕਰਕੇ ਉੱਥੇ ਥਾਣੇ ਦੇ ਵਿੱਚ ਬਿਠਾਇਆ ਹੋਇਆ, ਉਹਨਾਂ ਦੇ ਪਰਿਵਾਰ ਹੋ ਰਹੀ ਹੈ, ਉਹਨਾਂ ਨੂੰ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਜਿਸ ਨੇ ਕੰਪਲੇਂਟ ਕੀਤੀ ਉਹ ਆਪਣੇ ਆਰਾਮ ਨਾਲ ਘਰੇ AC ਲਾ ਕੇ ਸੁੱਤਾ ਪਿਆ,
ਲੇਕਿਨ ਜਿਸ ਇਨੋਸੈਂਟ ਦੇ ਉੱਤੇ ਇਹ ਝੂਠੀ ਕੰਪਲੇਂਟ ਕੀਤੀ ਗਈ ਹੈ ਉਹਦਾ ਪੂਰਾ ਜਿੰਨੀਆਂ ਇਹਨਾਂ ਦੀ ਸਿਕਿਉਰਿਟੀ ਏਜੰਸੀਆਂ ਹੈਗੀਆਂ CID, CBI, IB ਸਾਰਿਆਂ ਨੂੰ ਬੁਲਾ ਕੇ ਉਹਦਾ ਇੰਟੈਰੋਗੇਸ਼ਨ ਕੀਤੀ ਜਾ ਰਹੀ ਹੈਗੀ ਹੈ ਅਤੇ ਹੁਣ ਅਸੀਂ ਉਹਦੇ ਸਾਰਾ ਕੁਝ ਕਰ ਚੁੱਕੇ ਹੈਗੇ ਹਾਂ। ਹੁਣ ਅਸੀਂ ਇਹਨਾਂ ਨੂੰ ਕਿਹਾ ਵੀ ਜਦ ਤੁਸੀਂ ਸਾਰਾ ਉਹਦਾ ਪੁੱਛ ਗਿੱਛ ਕਰ ਲਈਏ ਤਾਂ ਹੁਣ ਉਹਨੂੰ ਜਾਣ ਦਿਉ, ਰਾਤ ਦਾ ਟਾਈਮ ਹੋ ਗਿਆ ਹੈਗਾ। ਲੇਕਿਨ ਉਹ ਕਹਿ ਰਹੇ ਹੈਗੇ ਜੀ ਹਲੇ IB ਜਿਹੜੀ ਹੈਗੀ ਉਹ ਰਹਿ ਗਈ ਹੈਗੀ ਅਤੇ IB ਆਏਗੀ ਸਵੇਰੇ 10 ਵਜੇ ਅਤੇ ਅਸੀਂ ਇਹਨੂੰ ਸਵੇਰੇ 10 ਵਜੇ ਛੱਡਾਂਗੇ। ਅਸੀਂ ਨਹੀਂ ਸੋਰੀ IV ਸਵੇਰੇ 10 ਵਜੇ ਤਾਂ ਆਏਗੀ, ਉਦੋਂ ਤੱਕ ਇਹਨੂੰ ਇੱਥੇ ਰੱਖਾਂਗੇ, ਨਾਲੇ ਉਹਦਾ ਆਟੋ ਵੀ ਇੱਥੇ ਰੱਖਾਂਗੇ। ਅਤੇ ਹੁਣ ਅਸੀਂ ਉਹਨਾਂ ਨੂੰ ਵਾਰ ਵਾਰ ਇਹ ਕਹਿ ਰਹੇ ਹੈਗੇ ਹਾਂ, ਦਾਸ ਦਿੱਲੀ ਮਾਈਨੋਰਟੀ ਕਮਿਸ਼ਨ ਦਾ ਮੈਂਬਰ ਵੀ ਹੈਗਾ ਐਡਵਾਈਜ਼ਰੀ ਕਮੇਟੀ ਦਾ, ਅਤੇ ਹੋਰ ਵੀ ਅਸੀਂ ਕਈ ਜਥੇਬੰਦੀਆਂ ਨਾਲ ਸੰਬੰਧਿਤ ਹੈਗੇ ਹਾਂ। ਸਾਰੇ ਵੀਰ ਸਾਡੇ ਇੱਥੋਂ ਫੈਡਰੇਸ਼ਨ ਤੋਂ ਆਏ ਹਾਂ, ਇੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਉਹ ਵੀ ਆਏ ਹੈਗੇ ਹਾਂ, ਸਾਡੇ ਵੀਰ ਦੁਖੀਆ ਜੀ ਜਿਹੜੇ ਹੈਗੇ ਤਿਲਕ ਵਿਹਾਰ ਤੋਂ, ਜੋ ਕਿ ਬਹੁਤ ਲੰਬੇ ਸਮੇਂ ਤੋਂ 84 ਜਾਂ ਸਿੱਖ ਕਤਲਿਆਂ ਵਾਸਤੇ ਸੰਘਰਸ਼ ਕਰ ਰਹੇ, ਸਾਰੇ ਦਿੱਲੀ ਦੇ ਜਿਹੜੇ ਨੌਜਵਾਨ ਨੂੰ ਪਤਾ ਚੱਲ ਰਿਹਾ ਸਾਰੇ ਆ ਰਹੇ ਹੈਗੇ, ਔਰ ਇੱਥੇ ਆ ਕੇ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਥੇ ਰੱਖਿਆ ਹੋਇਆ ਹੈਗਾ, ਇਹ ਜਿਹੜਾ ਇਹ ਚੀਜ਼ ਸਾਰੀ ਦੁਨੀਆ ਦੇ ਸਾਹਮਣੇ ਬਹੁਤ ਟਾਈਮ ਤੋਂ ਜਾ ਰਹੀ ਹੈਗੀ। ਅੱਜ ਵੀ 12 ਤਰੀਕ ਨੂੰ ਮੋਗੇ ਕੋਰਟ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਪੇਸ਼ੀ ਸੀਗੀ, ਕੋਰਟ ਕਹਿ ਰਿਹਾ ਹੈਗਾ ਕਿ ਉਹਨਾਂ ਨੂੰ ਪੇਸ਼ ਕੀਤਾ ਜਾਏ, ਅਤੇ ਜਿਹੜਾ ਇੱਕ ਲੋਕਲ PP ਜਿਹੜਾ ਹੈਗਾ ਪਬਲਿਕ ਪ੍ਰੋਸੀਕਿਊਟਰ ਪੰਜਾਬ ਸਰਕਾਰ ਦਾ, ਉਹ ਕਹਿ ਰਿਹਾ ਹੈਗਾ ਕਿ ਉਹਨਾਂ ਨੂੰ ਨਹੀਂ ਲਿਆਇਆ ਜਾ ਸਕਦਾ, ਇੱਕ ਪਬਲਿਕ ਪ੍ਰੋਸੀਕਿਊਟਰ ਜੱਜ ਦੇ ਆਰਡਰ ਨੂੰ ਕੱਢ ਰਿਹਾ ਹੈਗਾ। ਮਤਲਬ ਕੋਈ ਵੀ ਕਾਨੂੰਨ ਦਾ ਇੱਥੇ ਗੱਲ ਹੀ ਨਹੀਂ ਹੋ ਰਹੀ ਹਿੰਦੁਸਤਾਨ ਦੇ ਵਿੱਚ, ਸਾਰੇ ਦੇ ਸਾਰੇ ਗੈਰ ਕਾਨੂੰਨੀ ਕੰਮ ਹੋ ਰਹੇ, ਜਦਕਿ ਸਰਕਾਰ ਦਾ ਕੰਮ ਹੁੰਦਾ ਹੈ ਕਾਨੂੰਨ ਨੂੰ ਇੰਪਲੀਮੈਂਟ ਕਰਨਾ ਔਰ ਆਪ ਮੰਨਣਾ ਅਤੇ ਲੋਕਾਂ ਨੂੰ ਮਨਵਾਉਣਾ, ਲੇਕਿਨ ਇੱਥੇ ਉਲਟਾ ਹੋ ਰੱਖਿਆ, ਲੋਕ ਕਹਿ ਰਹੇ ਕਾਨੂੰਨ ਮੰਨੋ ਔਰ ਕਾਨੂੰਨ ਨੂੰ ਕੋਈ ਨਹੀਂ ਮੰਨ ਰਿਹਾ, ਸਰਕਾਰ ਆਪ ਕਾਨੂੰਨ ਨਹੀਂ ਮੰਨਦੀ ਪਈ ਹੈਗੀ ਆ, ਲੋਕ ਕਹਿ ਰਹੇ ਕਾਨੂੰਨ ਨੂੰ ਮੰਨੋ, ਸਰਕਾਰ ਆਪ ਕਾਨੂੰਨ ਨਹੀਂ ਮੰਨਦੀ ਪਈ, ਔਰ ਇਹ ਬੜੀ ਮੰਦਭਾਗੀ ਗੱਲ ਹੈਗੀ ਜਦੋਂ ਸਰਕਾਰਾਂ ਆਪ ਹੀ ਕਾਨੂੰਨ ਨੂੰ ਛਿੱਕੇ ਟੰਗ ਕੇ ਗੈਰ ਕਾਨੂੰਨੀ ਕੰਮ ਕਰਦੀਆਂ ਪਈਆਂ ਹੈਗੀਆਂ। ਇਹਦਾ ਕਿਹੜਾ ਕਾਨੂੰਨ ਕਹਿੰਦਾ ਕਿ ਇੱਕ ਬੇਦੋਸ਼ੇ ਬੰਦੇ ਨੂੰ ਰਾਤੀ 12 ਵਜੇ ਤੋਂ ਬਾਅਦ ਨੂੰ ਥਾਣੇ 'ਚ ਬਿਠਾ ਕੇ ਰੱਖੋ ਉਸ ਗੱਲ ਵਾਸਤੇ ਜੋ ਕਿ ਕੋਈ ਕ੍ਰਾਈਮ ਹੀ ਨਹੀਂ ਹੈਗਾ। ਇਸ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਦੇ ਉੱਤੇ ਕੋਈ ਹਿੰਦੁਸਤਾਨ ਦੀ ਕਿਸੇ ਕੋਰਟ ਦੇ ਵਿੱਚ ਕਿਸੇ ਥਾਣੇ ਦੇ ਵਿੱਚ ਕੋਈ ਕੰਪਲੇਂਟ ਨਹੀਂ, ਕੋਈ FIR ਨਹੀਂ ਹੈਗੀ, ਔਰ ਉਹਨਾਂ ਨੂੰ ਨਜਾਇਜ਼ ਤਰੀਕੇ ਦੇ ਨਾਲ ਜਿਹੜੀ ਮੀਡੀਆ ਹੈਗੀ ਆ, ਜਿਹੜੀ ਸਾਡੀ ਸੋਸ਼ਲ ਮੀਡੀਆ ਅਖਬਾਰਾਂ ਮੀਡੀਆ ਸਾਰੇ ਉਹਨਾਂ ਨੂੰ ਆਤੰਕਵਾਦੀ ਕਹਿੰਦੀ ਹੁੰਦੀ ਹੈ ਚੈਨਲਾਂ ਦੇ ਉੱਤੇ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈਗੀ ਹੈ। ਜੇ ਹੈਗੀ ਤਾਂ ਸਰਕਾਰ ਇਹ ਨੋਟੀਫਿਕੇਸ਼ਨ ਜਾਰੀ ਕਰੇ, ਕਾਨੂੰਨ ਬਣਾਏ, ਕਾਨੂੰਨ ਕੋਈ ਬਣਾਇਆ ਨਹੀਂ ਹੋਇਆ ਇਹਨਾਂ ਨੇ, ਕਿੱਥੇ ਲਿਖਿਆ ਹੈਗਾ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਦੀ ਫੋਟੋ ਲਾਉਣ ਦੇ ਉੱਤੇ ਕੋਈ ਧਾਰਾ ਲੱਗਦੀ ਹੈਗੀ ਹੈ। ਹੁਣ ਇੱਥੇ ਅਸੀਂ ਗੱਲ ਕੀ ਕਰੀਏ, ਇੱਥੇ ਤਾਂ ਕਾਨੂੰਨ ਹੀ ਕੋਈ ਨਹੀਂ ਮੰਨਦਾ ਪਿਆ, ਨਾ ਜੱਜ ਕਾਨੂੰਨ ਮੰਨਦਾ ਪਿਆ, ਨਾ ਸਰਕਾਰ ਮੰਨਦਾ ਪਿਆ, ਨਾ ਕੋਈ ਪ੍ਰਧਾਨ ਮੰਤਰੀ, ਨਾ ਰਾਸ਼ਟਰਪਤੀ, ਇੱਥੇ ਕੋਈ ਕਾਨੂੰਨ ਦਾ ਕੋਈ ਰਾਜ ਹੀ ਨਹੀਂ ਚੱਲ ਰਿਹਾ। ਇੱਥੇ 40 ਸਾਰੀ ਬਦਮਾਸ਼ੀ ਰਹੀ ਹੈਗੀ ਹੈ, ਅਤੇ ਉਸ ਬਦਮਾਸ਼ੀ ਦਾ ਜਿਹੜਾ ਸ਼ਿਕਾਰ ਹੈ ਅਸੀਂ ਜਿਹੜੇ ਘੱਟ ਗਿਣਤੀ ਆ ਉਹ ਹੋ ਰਹੇ ਹੈਗੇ ਹਾਂ। ਇੱਥੇ ਰਾਤੀ ਅਸੀਂ ਸਾਰੇ ਕੰਮ ਧੰਦੇ ਛੱਡ ਕੇ ਅਸੀਂ ਇੱਥੇ ਖੱਜਲ ਹੋ ਰਹੇ ਹਾਂ। ਸਾਡਾ ਜਿਹੜਾ ਵੀਰ ਜਿਹੜਾ ਹੈਗਾ ਜਿਹਨੂੰ ਜਿਹੜਾ ਇਨੋਸੈਂਟ ਹੈਗਾ ਉਹਨੂੰ ਬਿਠਾ ਰੱਖਿਆ ਹੈਗਾ ਬਿਨਾਂ ਮਤਲਬ ਨਾ, ਹੁਣ ਉਹ ਰੋਜ਼ ਕਮਾਉਂਦਾ ਅਤੇ ਰੋਜ਼ ਖਾਂਦਾ ਹੈਗਾ, ਦਿਹਾੜੀ ਕਰਨ ਵਾਲਾ ਬੰਦਾ ਹੈਗਾ। ਹੁਣ ਉਹਦੀ ਪੂਰੀ ਉਹਦੇ ਘਰ ਪਰਿਵਾਰ ਸਾਰਾ ਪਰਿਵਾਰ ਪਰੇਸ਼ਾਨ ਇੱਥੇ ਬੈਠਿਆ, ਉਹਨਾਂ ਦੇ ਪਿਤਾ ਜੀ ਵੀ ਆਏ ਹੋਏ ਬਜ਼ੁਰਗ, ਔਰ ਹੁਣ ਉਹ 2-3 ਦਿਨ ਉਹਦੀ ਜਿਹੜੀ ਦਿਹਾੜੀ ਜਿਹੜੀ ਹੈਗੀ ਆ ਉਹ ਮਾਰੀ ਜਾਏਗੀ। ਇਹ ਉਹਨਾਂ ਦੇ ਪਿਤਾ ਜੀ ਹੈਗੇ, ਇਹ ਇਹਨਾਂ ਨੂੰ ਸ਼ਾਮ ਦਾ ਹੈਰਸ ਕੀਤਾ ਹੋਇਆ, ਘਰੋਂ ਇਹਨਾਂ ਨੂੰ ਚੱਕ ਕੇ ਲਿਆਏ ਸਪੈਸ਼ਲ ਚਾਰ ਤਕਲੀਫ ਚ, ਔਰ ਇਹ ਇਹਨਾਂ ਦੀ ਤਬੀਅਤ ਵੀ ਠੀਕ ਨਹੀਂ ਹੈਗੀ ਆ, ਔਰ ਫਿਰ ਵੀ ਇਹਨਾਂ ਨੂੰ ਬਿਨਾਂ ਮਤਲਬ ਨਾਲ ਇੱਥੇ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ, ਅਤੇ ਇਹ ਬਹੁਤ ਹੀ ਦੁੱਖ ਵਾਲੀ ਗੱਲ ਹੈਗੀ। ਮੈਂ ਸਾਰੇ ਸਿੱਖ ਕੌਮ ਨੂੰ ਬੇਨਤੀ ਕਰਦਾ ਕਿ ਇਹ ਜਿਹੜੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਦੀ ਜਿਹੜੀ ਫੋਟੋ ਹੈਗੀ ਆ, ਅੱਜ ਤੋਂ ਬਾਅਦ ਹਰ ਗੱਡੀ ਦੇ ਪਿੱਛੇ ਲੱਗਣੀ ਚਾਹੀਦੀ ਹੈ। ਦੇਖਦੇ ਹਾਂ ਕਿੰਨੇ ਪਰਚੇ ਬਣਾਉਂਦੇ ਆ, ਸਾਰੀ ਸਿੱਖ ਕੌਮ ਨੂੰ ਥਾਣਿਆਂ 'ਚ ਬਿਠਾਉਂਦੇ ਆ ਸਨ। ਜੇ ਅਸੀਂ ਇਸ ਗੱਲ ਦਾ ਜਵਾਬ ਦੇਣਾ ਤਾਂ ਹਰ ਸਿੱਖ ਨੂੰ ਚਾਹੀਦਾ ਹੈਗਾ ਕਿ ਉਹ ਆਪਣੀ ਗੱਡੀ ਮੋਟਰਸਾਈਕਲ ਦੇ ਪਿੱਛੇ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂਵਾਲਿਆਂ ਦੀ ਫੋਟੋ ਜ਼ਰੂਰ ਲਾਏ। ਸੰਤ ਸਿਪਾਹੀ ਜਿੰਦਾਬਾਦ, ਜਿੰਦਾਬਾਦ ਪਿੰਡਰਾਂ ਵਾਲਾ ਸੰਤ ਸਿਪਾਹੀ ਜਿੰਦਾਬਾਦ, ਕੌਮ ਜਿਹੜਾਈ ਬੋਲੇ ਸੋਨੇ ਸੋ ਜੀਓ ਕਾਲੇ।
ਇਕੱਠੇ ਜੇ ਆਪਾਂ ਇਸ ਗੱਲ ਦਾ ਜਵਾਬ ਦੇਣਾ ਤੇ ਹਰ ਸਿੱਖ ਦਾ ਇਹ ਫਰਜ਼ ਬਣਦਾ ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ ਚੋਂ, ਖਾਸ ਕਰ ਜਿਹੜੇ ਹਿੰਦੁਸਤਾਨ ਚ ਰਹਿ ਰਹੇ ਹੈਗੇ, ਉਹ ਆਪਣੇ ਗੱਡੀਆਂ ਦੇ ਪਿੱਛੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਦੀ ਫੋਟੋ ਜ਼ਰੂਰ ਲਾਣ ਔਰ ਥਾਣੇ ਵਾਲਿਆਂ ਨੂੰ ਕਹਿਣ ਲਾਓ ਸਾਡੇ ਤੇ ਕਿਹੜੇ ਦਫਾ ਲੱਗਦੀ ਹੈ, ਕਿਹੜਾ ਪਰਚਾ ਲੱਗਦਾ, ਅਸੀਂ ਸਾਰੇ ਆਪਣੇ ਉੱਤੇ ਪਰਚੇ ਲਵਾਉਣ ਨੂੰ ਤਿਆਰ ਹੈਗੇ ਆ। ਜੇ ਜਿਹੜਾ ਇਹ ਪਰਚਾ ਗੈਰ ਕਾਨੂੰਨੀ ਤਰੀਕੇ ਨਾਲ ਜਿਹੜਾ ਹਊਆ ਬਣਾਇਆ, ਇਹਨਾਂ ਦੇ ਹਊਏ ਦੀ ਜੇ ਆਪਾਂ ਹਵਾ ਕੱਢਣੀ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਗੱਡੀਆਂ ਦੇ ਵਿੱਚ ਸੰਤਾਂ ਦੀ ਫੋਟੋ ਜ਼ਰੂਰ ਲਾਣੀ ਚਾਹੀਦੀ ਹੈਗੀ। ਵਾਹਿਗੁਰੂ ਜੀ ਕਾ ਖਾਲਸਾ। ਵੇਖਣ ਚ ਆ ਰਿਹਾ ਜਿਵੇਂ ਕਿ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਦੀ ਫੋਟੋ ਜਿਵੇਂ ਕਈ ਜਗ੍ਹਾ ਬੈਨ ਕਰ ਰਹੇ ਨੇ, ਕਦੇ ਕੀ ਬੈਨ ਨਹੀਂ ਕਰ ਰਹੇ, ਨਹੀਂ ਨਹੀਂ ਖਾਸ ਕਰਕੇ ਪੋਲਿਟਿਕਸ ਜਿਹੜਾ ਹਿੰਦੁਸਤਾਨ ਦੀ ਬਦਕਿਸਮਤੀ ਇਹੀ ਹੈਗੀ ਕਿ ਹਿੰਦੁਸਤਾਨ ਨੂੰ ਪਹਿਲੇ ਵੀ ਗੰਦੀ ਰਾਜਨੀਤੀ ਨੇ ਮਾਰਿਆ ਤੇ ਅੱਗੇ ਵੀ ਹੁਣ ਵੀ ਮਾਰ ਰਹੀ ਹੈ ਤੇ ਅੱਗੇ ਵੀ ਹਿੰਦੁਸਤਾਨ ਰਾਜਨੀਤੀ ਨਹੀਂ ਕਰਨਾ, ਇਸ ਗੰਦੀ ਰਾਜਨੀਤੀ ਨੇ ਹੀ ਭਾਰਤ ਦੀ ਫੌਜ ਜਿਹੜੀ ਦਰਬਾਰ ਸਾਹਿਬ ਤੇ ਚੜਾਈ ਸੀਗੀ ਔਰ ਇਸ ਗੰਦੀ ਫੌਜ ਨੇ ਸਿੱਖ ਦੇ ਸਿੱਖਾਂ ਦਾ ਕਤਲੇਆਮ, ਇਹ ਗੰਦੀ ਰਾਜਨੀਤੀ ਹੀ ਹੈਗੀ ਹੈ ਜਿਹੜੀ ਕਿ ਘੱਟ ਗਿਣਤੀਆਂ ਦੀ ਖਾਸ ਤੌਰ 'ਤੇ ਸਿੱਖਾਂ ਦੀ ਜਿਹੜੀ ਹੈ ਵੈਰੀ ਬਣੀ ਹੋਈ ਹੈਗੀ ਔਰ ਸਾਨੂੰ ਇਸ ਗੰਦੀ ਰਾਜਨੀਤੀ ਦਾ ਮੂੰਹ ਤੋੜਵਾਂ ਜੇ ਜਵਾਬ ਦੇਣਾ ਤੇ ਅਸੀਂ ਹਰ ਸਿੱਖ ਆਪਣੀ ਗੱਡੀਆਂ ਦੇ ਪਿੱਛੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੀ ਫੋਟੋ ਜ਼ਰੂਰ ਲਾਏ। ਮੈਨੂੰ ਇਹ ਲੱਗਦਾ ਕਿ ਨਾ ਡਰਾਉਣ ਦੀ ਕੋਸ਼ਿਸ਼ ਕਰਦੀ ਪਈ ਹੈ ਸਰਕਾਰ, ਜਿਸ ਤਰੀਕੇ ਦਾ ਪਤਾ ਲੱਗਿਆ ਕਿ ਲੋਕੀ ਆਪਣੇ ਜਿਹੜੀ ਗੱਡੀਆਂ ਲੱਗੇ ਵੀ ਪਏ ਨਾ ਸਪੀਕਰ ਉਹ ਉਤਾਰ ਦੇਣ, ਕਿਉਂਕਿ ਇਹ ਪ੍ਰੈਸ਼ਰ ਪਾ ਰਹੇ ਨੇ ਕਿ ਅੱਗੇ ਜਿਹੜਾ 2020 ਜਿਹੜਾ ਚੱਲਾ ਪਿਆ ਉਸ ਚੱਕਰ ਕੇ ਵਿੱਚ ਪ੍ਰੈਸ਼ਰ ਪਾ ਰਹੇ ਨੇ ਕਿ ਲੋਕੀ ਡਰੇ, ਜਦੋਂ ਕੋਈ ਆਪਣਾ ਘਰੋਂ ਨਿਕਲਣ ਤੋਂ ਕੋਈ ਫੋਟੋ ਹੋ ਗਿਆ ਫੇਸਬੁੱਕ ਹੋ ਗਈ ਕੋਈ ਪਾਉਣ ਨਾਲ ਸ਼ੁਰੂਆਤ ਕੀਤੀ ਇਹਨਾਂ ਨੇ, ਪਰ ਇਹਦਾ ਜਵਾਬ ਅਸੀਂ ਮਿਲ ਕੇ ਦੇਵਾਂਗੇ। ਉਹ ਅੱਗੇ ਦੇਖਦੇ ਹਾਂ ਕਿ ਕਿੰਨਾ ਸਾਨੂੰ ਹੋਰ ਰਿਜ਼ਲਟ ਕਰਦੇ ਆ ਕੀ ਵਰਦੀ, ਅਤੇ ਮੈਂ ਸਭ ਨੂੰ ਅਪੀਲ ਕਰਾਂਗਾ ਕਿ ਸਾਰੇ ਇਸ ਵੀਡੀਓ ਨੂੰ ਸ਼ੇਅਰ ਕਰੋ ਕਿ ਦੱਸੋ ਕਿ ਇਹ ਸਾਡੇ ਹਿੰਦੁਸਤਾਨ ਵਿੱਚ ਕੀ ਹੁੰਦਾ ਪਿਆ ਔਰ ਸਾਡੀ ਘੱਟ ਗਿਣਤੀਆਂ ਨਾਲ ਕੀ ਧੱਕਾ ਹੋ ਰਿਹਾ। ਅੱਜ ਵੈਸੇ ਇੰਗਲੈਂਡ ਵਿੱਚ ਵੀ 12 ਜੁਲਾਈ ਨੂੰ ਪ੍ਰੋਗਰਾਮ ਸੀ ਆਪਣਾ ਇਹਦਾ ਜੀ ਰੈਫਰੈਂਡਮ 2020 ਦਾ, ਅਤੇ ਉਹਦੇ ਵਿੱਚ ਹੀ ਕਈ ਆਪਣਾ ਸਿੰਘ ਉੱਥੇ ਆਪਣਾ ਲਾ ਰਹੇ ਨੇ ਮੋਰਚਾ, ਉੱਥੇ ਹੀ ਆਪਣਾ ਇੰਗਲੈਂਡ ਵਿੱਚ ਜੋ ਪ੍ਰੋਗਰਾਮ ਕਰ ਰਹੇ ਨੇ ਉਹਦੇ ਬਾਰੇ ਕੁਛ ਕਹਿ ਸਕਦੇ ਹੋ ਜੀ? ਵੀਰ ਜੀ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਸਿਰਫ ਡਰਾ ਰਹੇ ਨੇ, ਇਹ ਜਿਹੜੇ ਆਪਣਾ ਡਰਾਵਲਰ ਨੂੰ ਇੱਕ ਹੋਆ ਬਣਾ ਰਹੇ ਨੇ, ਕਿਉਂਕਿ ਜਿੱਦਾਂ ਉਹਦੇ ਨਾਲ ਜੁੜਦੇ ਪਏ ਨੇ, ਇਹ ਕੋਈ ਉਹਦੇ ਨਾਲ ਇਸ਼ੂ ਬਣਦਾ ਨਹੀਂ ਹੈ, ਸਿਰਫ ਇਹ ਕੋਸ਼ਿਸ਼ ਕਰਦੇ ਪਏ ਨੇ ਕਿ ਜਿਹੜੇ ਕਣਕ ਕੀਤੀ ਵਾਲੇ ਉਹ ਡਰਨ ਕਰੇ, ਕੋਈ ਐਵੇਂ ਐਕਸ਼ਨ ਨਾ ਕੋਈ ਐਸੇ ਅੱਗੇ ਨਾ ਆਉਣ ਜਿਸ ਨਾਲ ਕੋਈ ਵੀ ਅੱਗੇ ਕੌਮ ਅੱਗੇ ਜਾ ਸਕੇ। ਗੁਰਪਿਆਰਿਓ, ਕੌਮ ਦੇ ਸ਼ਹੀਦਾਂ ਦਾ ਮਾਣ ਕਰਨਾ ਸਨਮਾਨ ਕਰਨਾ ਕਿੱਥੋਂ ਦਾ ਗੁਨਾਹ ਹੈ, ਤੇ ਭਾਰਤ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਿੱਖ ਕੌਮ ਜਿਹੜਾ ਨੂੰ ਦਿਲਾਂ ਵਿੱਚ ਵਸਾ ਕੇ ਰੱਖਦੀ ਹੈ ਉਹਨਾਂ ਦਾ ਨਿਰਾਦਰ ਨਾ ਕੀਤਾ ਜਾਵੇ, ਬਿਨਾਂ ਮਤਲਬ ਤੋਂ ਸਿੱਖਾਂ ਉੱਤੇ ਤਸ਼ੱਦਤਾਂ ਨਾ ਕੀਤੀਆਂ ਜਾਣ, ਕਿਉਂਕਿ ਅਜਿਹੀਆਂ ਤਸ਼ੱਦਤਾਂ ਹੀ ਸਿੱਖਾਂ ਨੂੰ ਕਿਤੇ ਨਾ ਕਿਤੇ ਬਾਗੀ ਹੋਣ 'ਤੇ ਮਜਬੂਰ ਕਰਦੀਆਂ ਨੇ। ਤੁਸੀਂ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।